ਤਸਵੀਰਾਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਬੈਰੀਕੇਡ ਜਿਹੜੇ ਆ ਉਹ ਬਿਲਕੁਲ ਟੁੱਟ ਗਏ ਨੇ। ਬੈਰੀਕੇਡ ਉਠਾ ਕੇ ਸੰਗਤ ਜਿਹੜੀ ਆ ਉਹ ਜਾਂਦੀ ਹੋਈ ਨਜ਼ਰ ਆ ਰਹੀ ਆ, ਤਾਂ ਹੁਣ ਖਾਣੇ ਵੱਲ ਨੂੰ ਪੂਛ ਕਰਦੇ ਜਿਹੜੇ ਨੇ ਉਹ ਨਜ਼ਰ ਆ ਰਹੇ ਨੇ। ਤਸਵੀਰਾਂ ਤੁਸੀਂ ਲਗਾਤਾਰ ਦੇਖ ਸਕਦੇ ਹੋ, ਤਾਂ ਤਸਵੀਰਾਂ ਦੇਖ ਸਕਦੇ ਹੋ ਕਿ ਅੰਮ੍ਰਿਤਪਾਲ ਸਿੰਘ ਵੱਲੋਂ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਭਾਈ ਅੰਮ੍ਰਿਤਪਾਲ ਸਿੰਘ ਜੋ ਅਜਨਾਲਾ ਦੇ ਵਿੱਚ ਪਹੁੰਚ ਚੁੱਕੇ ਹਨ, ਪਾਲਕੀ ਸਾਹਿਬ ਨਾਲ ਲੈ ਕੇ ਆਏ ਹਨ, ਤਾਂ ਇਹ ਤਸਵੀਰਾਂ ਤੁਸੀਂ ਅਜਨਾਲਾ ਦੀਆਂ ਦੇਖ ਰਹੇ ਹੋ ਜਿੱਥੇ ਭਾਈ ਅੰਮ੍ਰਿਤਪਾਲ ਸਿੰਘ ਆਪਣੇ ਵੱਡੇ ਕਾਫਲੇ ਦੇ ਨਾਲ ਅਜਨਾਲਾ ਦੇ ਵਿੱਚ ਪਹੁੰਚੇ ਸਨ। ਇਹ ਤਸਵੀਰਾਂ ਅਜਨਾਲਾ ਦੀਆਂ ਨੇ, ਪੁਲਿਸ ਵੱਲੋਂ ਰੋਕਣ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਗਈ ਸੀ, ਪਰ ਸੰਗਤ ਇੱਥੇ ਬਹੁਤ ਹੋਣ ਕਰਕੇ ਪੁਲਿਸ ਜਿਹੜਾ ਉਸ ਨੂੰ ਰੋਕ ਨਹੀਂ ਪਾ ਰਹੀ। ਤਸਵੀਰਾਂ ਦੇ ਵਿੱਚ ਤੁਸੀਂ ਪੁਲਿਸ ਇੱਕ ਬਿਲਕੁਲ ਸਾਈਡ ਤੇ ਹੋ ਚੁੱਕੀ ਹੈ, ਬੈਰੀਕੇਡ ਜਿਹੜੇ ਆ ਉਹ ਤੋੜ ਦਿੱਤੇ ਗਏ ਹਨ। ਤਾਂ ਭਾਈ ਅੰਮ੍ਰਿਤਪਾਲ ਸਿੰਘ ਤਸਵੀਰਾਂ ਦੇਖ ਸਕਦੇ ਹੋ ਭਾਈ ਜਿਹੜੇ ਨੇ ਇਸ ਸਮੇਂ ਪਾਲਕੀ ਸਾਹਿਬ ਦੀ ਗੱਡੀ ਦੇ ਨਾਲ ਚੱਲ ਰਹੇ ਨੇ। ਇਹ ਤਸਵੀਰਾਂ ਤੁਸੀਂ ਲਗਾਤਾਰ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਅੱਜ ਸੰਗਤ ਜਿਹੜੀ ਹੈ ਉਹ ਸੰਗਤ ਅਜਨਾਲਾ ਦੇ ਵਿੱਚ ਪਹੁੰਚੀ ਹੋਈ ਆ। ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਕੱਲ੍ਹ ਐਲਾਨ ਕੀਤਾ ਗਿਆ ਸੀ ਕਿ ਉਹ ਅਜਨਾਲਾ ਦੇ ਵਿੱਚ ਜਾ ਕੇ ਗ੍ਰਿਫਤਾਰੀ ਦੇਣਗੇ, ਨਹੀਂ ਤਾਂ ਉਹਨਾਂ ਦੇ ਸਿੰਘ ਜਿਹੜੇ